साहब बहादुर बहुत बहुत मुबारक जी, नाले तो सस्पेंड नहीं हुए जी, नाले अपनी बदली रुक गई। चलो होम मिनिस्टर साहब की इज्जत बच गई। की मतलब जी? मेरा मतलब लोगों ने कहना सी कि होम मिनिस्टर अपने खास बंदे नु भी नहीं बचा सकया। हाँ जी ये तो है जी। हेलो हाँ जी हाँ जी सर बैठे सर होम मिनिस्टर साहब। यस सर हुकुम सर 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 सातो तेरा नंबर दुकान है सर खाली हो गया समझो सर। लोकां दीआं दुकानां ते नजायज कब्जा करी फिरदे आ। मैं इहदा पा दूं पढ़ने हौलदार जी जनाब चक्को समान सिट्टो बाहर। हो गया भी काम? हो गया सर। वेरी गुड। पर निके जे काम लई तुहानू आप आउण दी की लोड़ सी? दुकानां खाली करवाउणियां सी मैनूं टेलीफोन ते कहिंदा मैं तां पांदा पढ़ने। दरअसल होम मिनिस्टर साहब दे सांडू दीआं दुकानां उन्होंने कैसे काम आप कोल खड़ो के करवाना। अच्छा 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 माजन साहब आप आ गए जी। आओ जी आओ तुहाडे आने तो पहला तो काम हो गया जी। जिहड़ियां दुकानां ते तुहाडा नजायज कब्जा कीता सी लोकां ने असीं खाली करवातियां। पर पट्टी साहब ये दुकानां तो मेरी नहीं। पर सानूं तां इह दस्सिआ गया कि 713 नंबर मोती नगर। हाँ जी 713 तो ठीक है पर मेरियां दुकानां ज्योति नगर च है मोती नगर च नहीं। ये आपां कहिड़ियां दुकानां खाली करा लईआं? सर मैं तां कहिंदा जिहड़ियां खाली हो गईआं उन्हां ते कब्जा कर लो। शट अप ਤੁਹਾਨੂੰ ਕਹਿ ਰਹੇ ਨੇ ਬਈ ਇਹਨਾਂ ਕੋਲ ਮਾਫੀ ਮੰਗੋ ਸਮਾਨ ਅੰਦਰ ਰੱਖੋ ਔਰ ਜੋਤੀ ਨਗਰ ਦੀ ਦੁਕਾਨਾਂ ਖਾਲੀ ਕਰਾਓ। ਹੁਣੇ ਲਓ ਸਾਹਿਬ ਮੋਤੀ ਨਗਰ ਨਾ ਸਹੀ ਜੋਤੀ ਨਗਰ ਸਹੀ। ਤੁਸੀਂ ਨਾਲ ਹੀ ਆ ਜਾਓ ਜੀ ਹੱਥ ਲਾ ਕੇ ਦੱਸੋ ਕਿਹੜੀ ਕਿਹੜੀ ਦੁਕਾਨ ਖਾਲੀ ਕਰਾਉਣੀ ਹੈ। ਆਓ ਜੀ ਆਓ। ਸਰ ਮੈਂ ਸੋਚ ਰਿਹਾ ਸੀ ਅਗਰ ਇਸੇ ਤਰ੍ਹਾਂ ਦੀ ਸਖਤੀ ਅਸੀਂ ਸਾਰੇ ਬਦਮਾਸ਼ਾਂ ਨਾਲ ਕਰੀਏ ਤਾਂ ਆਪਣੇ ਜ਼ਿਲ੍ਹੇ ਦੀ ਸਾਰੀ ਬਦਮਾਸ਼ੀ ਇੱਕ ਹਫ਼ਤੇ 'ਚ ਖਤਮ ਹੋ ਸਕਦੀ ਹੈ। ਉਹ ਜੇ ਸਾਰੀ ਬਦਮਾਸ਼ੀ ਖਤਮ ਹੋ ਜਾਏ ਤਾਂ ਸਾਡੀ ਇੱਜ਼ਤ ਕੌਣ ਕਰੇਗਾ? ਸਾਡੀ ਇੱਜ਼ਤ ਤਾਂ ਬਦਮਾਸ਼ਾਂ 'ਚ ਹੈ ਨਾ, ਪਬਲਿਕ ਤਾਂ ਹੈ ਨਹੀਂ। ਇਹ ਤਾਂ ਮੈਂ ਸੋਚਿਆ ਨਹੀਂ ਸਰ। ਹੈ ਜੀ ਹੁਣ ਤਾਂ ਸਮਝ ਨਹੀਂ ਰਹਿ ਗਏ। ਜਦੋਂ ਮੈਂ ਥਾਣੇਦਾਰ ਹੁੰਦਾ ਸੀ ਨਾ ਸ਼ਹਿਰ ਦੇ ਟੌਪ ਬਦਮਾਸ਼ ਮੇਰੇ ਤੇ ਜਾਨ ਛਿੜਕ ਰਹੇ ਸੀ। ਸਰ ਇਹ ਤਾਂ ਐਕਚੁਅਲੀ ਤੁਹਾਡਾ ਆਪਣਾ ਕੈਰੈਕਟਰ ਇੰਨਾ ਚੰਗਾ ਸੀ ਵੀ ਛੱਟੇ ਹੋਏ ਬਦਮਾਸ਼ ਵੀ ਤੁਹਾਡੇ ਨਾਲ ਪਿਆਰ ਕਰਦੇ ਸੀ। ਹੈ ਸਰ ਹੁਣੇ ਹੁਣੇ ਖਬਰ ਆਈ ਆ ਕਿ ਬੱਸਾਂ ਦੀ ਸਟ੍ਰਾਈਕ ਹੋ ਗਈ। ਵਜ੍ਹਾ? ਵਜ੍ਹਾ ਕੀ ਹੋਣੀ ਸੀ ਜੀ? ਇੱਕ ਡਰਾਈਵਰ ਦਾ ਸਟੂਡੈਂਟ ਨਾਲ ਝਗੜਾ ਹੋ ਗਿਆ ਤੇ ਮੁੰਡੇ ਨੇ ਡਰਾਈਵਰ ਨੂੰ ਚੰਗੀ ਤਰ੍ਹਾਂ ਪੜ੍ਹਨੇ ਪਾਤਾ। ਪੜ੍ਹਨੇ? ਮੇਰਾ ਮਤਲਬ ਕਟਾਪਾ ਚਾੜਤਾ ਤੇ ਬਾਕੀ ਸਾਰੇ ਡਰਾਈਵਰ ਹੜਤਾਲ ਤੇ ਚਲੇ ਗਏ। ਜਦੋਂ ਵੀ ਕੋਈ ਹੜਤਾਲ ਹੁੰਦੀ ਹੈ ਤੇ ਮੈਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਜਾਂਦੇ ਆ। ਸਰ ਸੁਣੇ ਤੁਸੀਂ ਆਪਣੇ ਜ਼ਮਾਨੇ 'ਚ ਬੜੀਆਂ ਬੱਸਾਂ ਸਾੜੀਆਂ ਜੀ। ਹੈ ਜੀ ਸ਼ੜਕ ਤੁਹਾਨੂੰ ਕਹਿ ਰਹੇ ਨੇ। ਮੌਕੇ ਤੇ ਫੋਰਸ ਭੇਜੋ ਤੇ ਧਿਆਨ ਰੱਖੋ ਕਿ ਕੋਈ ਵੀ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਹੋਵੇ, ਖਾਸ ਕਰ ਮੇਰੀਆਂ ਪ੍ਰਾਈਵੇਟ ਬੱਸਾਂ ਦਾ। ਜਨਾਬ ਸਮਝ ਗਏ? ਨੁਕਸਾਨ ਮਾਈ ਤਾਂ ਬਾਦੂ ਪੜ੍ਹਨੇ। ਮਾਹੌਲ ਠੀਕ ਹੈ, ਮਾਹੌਲ ਠੀਕ ਹੈ।